ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਭਾਈ ਅਮ੍ਰਿਤਪਾਲ ਸਿੰਘ ਹੁਣਾਂ ਦੇ ਪਿਤਾ ਜੀ ਸਰਦਾਰ ਤਰਸੇਮ ਸਿੰਘ ਜੀ। ਤਾਂ ਤਰਸੇਮ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਭਾਈ ਸਾਹਿਬ ਦੀ ਅੰਮ੍ਰਿਤਪਾਲ ਸਿੰਘ ਹੁਣਾਂ ਦੀ 45,000 ਦੇ ਕਰੀਬ ਲੀਡ ਹੋ ਗਈ ਆ, ਜਿੱਤ ਵੱਲ ਵੱਧ ਰਹੇ ਨੇ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਜੀ ਅਸੀਂ ਤੇ ਗੁਰੂ ਸਾਹਿਬ ਦਾ ਸ਼ੁਕਰ ਕਰਦੇ ਹਾਂ ਤੇ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜੀ, ਉਹਨਾਂ ਦੀ ਬਦੌਲਤੀ ਇਹ ਸਾਰਾ ਕੁਛ ਸੰਭਵ ਹੋ ਸਕਿਆ ਜੀ। ਤੇ ਇਸ ਕਰਕੇ ਅਸੀਂ ਉਹਨਾਂ ਦੇ ਪੂਰੇ ਪੰਜਾਬੀਆਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਸ ਨਿਯਮ ਚ ਜਾਤ ਪਾਤ ਧਰਮ ਮਜ਼ਹਬ ਤੋਂ ਉੱਪਰ ਉੱਠ ਕੇ ਹਿੱਸਾ ਪਾਇਆ ਜੀ। ਤੁਸੀਂ ਬੜੀ ਕੰਪੇਨ ਕੀਤੀ, ਬੜਾ ਤੁਸੀਂ, ਤੁਹਾਡੇ ਅੰਮ੍ਰਿਤਪਾਲ ਜੀ ਦੇ ਮਦਰ ਨੇ, ਲੋਕਾਂ ਦਾ ਕਿਵੇਂ ਦਾ ਰਿਸਪੌਂਸ ਸੀ? ਤੁਹਾਨੂੰ ਆਸ ਸੀ ਕਿ ਲੋਕ ਇੰਨੀ ਭਾਰੀ ਨਾ ਵੋਟਾਂ ਨਾਲ ਸਮਰਥਨ ਦੇ ਦੇਣਗੇ ਜੀ ਪਹਿਲੇ ਰਾਊਂਡ ਤੋਂ? ਹਾਂਜੀ, ਇਹ ਲੀਡ ਗਾਂ ਤੋਂ ਗਾਂ ਵਧੀ ਜਾਊਗੀ ਜੀ, ਜਦੋਂ ਇਹਦਾ ਗਿਣਤੀ ਵਧੀ ਜਾਊਗੀ। ਮੇਰੇ ਖਿਆਲ ਲੋਕਾਂ ਦਾ ਜਿਹੜਾ ਪਿਆਰ ਸੀਗਾ, ਜਿੰਨਾ ਬਹੁਤ ਲੋਕਾਂ ਨੇ ਉਤਸ਼ਾਹ ਦਿਖਾਇਆ, ਤੇ ਇਸ ਕਰਕੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਬੀਬੀਆਂ ਸਾਰਿਆਂ ਨੇ ਬੜਾ, ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਬੜਾ ਉਤਸ਼ਾਹ ਸੀ ਲੋਕਾਂ ਚ। ਲੋਕਾਂ ਨੇ ਸਾਰਾ ਕੁਛ ਤਕਰੀਬਨ ਆਪ ਹੀ ਕੀਤਾ, ਅਸੀਂ ਤੇ ਇੰਨੇ ਜੋਗੇ ਨਹੀਂ ਸੀਗੇ ਜੀ, ਤੇ ਇਸ ਕਰਕੇ ਅਸੀਂ ਉਹਨਾਂ ਦਾ ਹਮੇਸ਼ਾ। ਜਦੋਂ ਤੁਸੀਂ ਤਰਸੇਮ ਸਿੰਘ ਜੀ ਜਦੋਂ ਪਿੰਡਾਂ ਚ ਜਾਂਦੇ ਸੀਗੇ, ਲੋਕਾਂ ਦਾ ਕੀ, ਜਿਵੇਂ ਕਈ ਪਿੰਡਾਂ ਦੇ ਵਿੱਚੋਂ ਬੂਥ ਹੀ ਨਹੀਂ ਲੱਗੇ, ਸਾਰੀਆਂ ਵੋਟਾਂ ਹੀ ਅੰਮ੍ਰਿਤਪਾਲ ਸਿੰਘ ਹੁਣਾਂ ਨੂੰ ਪਈਆਂ, ਤਾਂ ਪਿੰਡਾਂ ਦੇ ਵਿੱਚ ਕੀ ਵਿਚਾਰ ਸੀ ਲੋਕਾਂ ਦਾ ਜੀ? ਲੋਕੀ ਜੀ ਇਸ ਮਸਲੇ ਤੇ ਤਕਰੀਬਨ ਤੁਹਾਨੂੰ ਦੱਸਿਆ ਕਿ ਪਾਰਟੀਬਾਜੀ ਧੜੇਬਾਜੀ ਹਰੇਕ ਚੀਜ਼ ਤੋਂ ਉੱਪਰ ਉੱਠ ਕੇ ਉਹਨਾਂ ਨੇ ਸਾਡਾ ਸਹਿਯੋਗ ਕੀਤਾ, ਤੇ ਅਸੀਂ ਇਹ ਕਰਕੇ ਬਹੁਤ ਗੁਰੂ ਸਾਹਿਬ ਦੇ ਬਹੁਤ ਸ਼ੁਕਰੀਆ ਕਿ ਨਹੀਂ ਤੇ ਧੜੇਬੰਦੀਆਂ ਵੀ ਇਹ ਚ ਕਾਫੀ ਹੱਦ ਤੱਕ ਖਤਮ ਹੋਈਆਂ ਇਸ ਲੈਣ, ਤੇ ਸਾਰੇ ਸਾਰੇ ਭਾਈਚਾਰਿਆਂ ਨੇ ਵੱਧ ਚੜ ਕੇ ਸਹਿਯੋਗ ਦਿੱਤਾ। ਤੁਸੀਂ ਬੜੀ ਵੱਡੀ ਗੱਲ ਕੀਤੀ ਕਿ ਸਾਰੇ ਭਾਈਚਾਰਿਆਂ ਨੇ, ਭਾਵੇਂ ਉਹ ਕਿਸੇ ਨਾਲ ਸੰਬੰਧ ਹੋਵੇ ਜੀ, ਸਾਰੇ ਭਾਈਚਾਰਿਆਂ ਨੇ ਰਿਸਪੌਂਸ ਦਿੱਤਾ। ਹਾਂਜੀ, ਇਹ ਜੀ ਬਥੇਰੀਆਂ ਦੂਜੀ ਵਿਰੋਧੀ ਪਾਰਟੀਆਂ ਨੇ ਬਥੇਰੇ ਭਾਈਚਾਰਿਆਂ ਚ ਵੀ ਪਾਠ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਪੰਜਾਬ ਦੇ ਲੋਕ ਕਾਫੀ ਸੁਚੇਤ ਆ, ਉਹਨਾਂ ਨੇ ਕਾਫੀ ਇਹ ਚੀਜ਼ਾਂ ਉਹਨਾਂ ਦੀਆਂ ਗੱਲਾਂ ਤੇ ਕੋਈ ਅਸਰ ਨਾ ਕਰਕੇ, ਇੱਕ ਆਪਣੇ ਜਿੱਦਾਂ ਗੁਰੂ ਸਾਹਿਬ ਦੇ ਸਭੇ ਸਾਂਝੀ ਵਾਲ ਸਦੈਣ ਕੋਈ ਨਾ ਦਿਸੇ ਬਾਰੇ ਸਾਰਿਆਂ ਨੇ ਇੱਕ ਮੁੱਠ ਹੋ ਕੇ ਆਪਣੇ ਪੰਜਾਬ ਪੰਜਾਬ ਨਾਲ ਜਾਂ ਜੋ ਹੋਏ ਧੱਕਿਆਂ ਨਾਲ ਦੇ ਜਵਾਬ ਦਿੱਤਾ, ਇਸ ਕਰਕੇ ਅਸੀਂ ਉਹਨਾਂ ਦੇ ਹਮੇਸ਼ਾ ਧੰਨਵਾਦੀ ਰਵਾਂਗੇ ਜੀ। ਬਹੁਤ ਸਾਰੇ ਲੋਕਾਂ ਦਾ ਇਹ ਵੀ ਸੀਗਾ, ਮੇਰਾ ਆਖਰੀ ਸਵਾਲ ਹੈ ਕਿ ਜਦੋਂ ਜਿੱਤਣਾ ਤਾਂ ਜ਼ਰੂਰੀ ਆ ਕਿ ਅੰਮ੍ਰਿਤਪਾਲ ਸਿੰਘ ਹੁਣਾਂ ਨੂੰ ਬਾਹਰ ਜਿਹੜਾ ਲਿਆਉਣਾ ਜਿੱਤ ਜਾਣਗੇ ਤੇ ਬਾਹਰ ਆ ਜਾਣਗੇ, ਬਹੁਤ ਸਾਰੇ ਲੋਕ ਇਹ ਕਹਿੰਦੇ ਸੀਗੇ, ਹਾਲਾਂਕਿ ਸਰਕਾਰ ਦਾ ਫੈਸਲਾ, ਤੁਸੀਂ ਇਹਦੇ ਤੇ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ? ਨਹੀਂ, ਲੋਕਾਂ ਨੂੰ ਇਹੋ ਹੀ ਸੀ ਕਿ ਉਹਨਾਂ ਨੂੰ ਨਜਾਇਜ਼ ਉਹਨਾਂ ਨੇ ਰਸਤੇ ਚ ਰੱਖਿਆ ਹੋਇਆ, ਸਾਲ 15 ਮਹੀਨੇ ਹੋ ਚੱਲੇ ਆ, ਇਸ ਕਰਕੇ ਲੋਕਾਂ ਦੀ ਰਾਏ ਕਿ ਉਹਨਾਂ ਨੂੰ ਜਲਦੀ ਜਲਦੀ ਬਾਹਰ ਛੱਡਿਆ ਜਾਣਾ, ਲੋਕਾਂ ਨੇ ਆਪਣੇ ਵੱਲੋਂ ਫਤਵਾ ਦੇ ਦਿੱਤਾ, ਹੁਣ ਸਰਕਾਰ ਨੂੰ ਵੀ ਲੋਕਾਂ ਦੇ ਫਤਵੇ ਦਾ ਸਤਿਕਾਰ ਕਰਨਾ ਚਾਹੀਦਾ। ਤੁਹਾਨੂੰ ਜਿੰਨੀ ਜਿਸ ਤਰ੍ਹਾਂ ਲੀਡ ਆ, ਤੁਹਾਨੂੰ ਉਮੀਦ ਆ ਜੀ ਇਹ ਲੀਡ ਵਧੇਗੀ ਔਰ ਕਿੰਨੀ ਵੀ ਜਿੱਤ ਚ ਤਬਦੀਲ ਹੋ ਜਾਏਗੀ? ਨਹੀਂ ਜੀ, ਲੀਡ ਜਿਉਂ ਜਿਉਂ ਗਿਣਤੀ ਵੱਧਦੀ ਜਾਊ ਵਧੂਗੀ ਜੀ। ਚਲੋ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਬਾਪੂ ਜੀ ਤੁਹਾਡਾ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।